ਤੁਹਾਨੂੰ ਹੁਣੀ ਹੁਣੀ ਇੱਕ ਪੋਸਟ ਦਿਖਾ ਰਿਹਾ, ਕਿਸੇ ਵਿਅਕਤੀ ਨੇ ਪੋਸਟ ਪਾਈ ਹੈ ਬੁਢਲਾਡੇ ਦੀ, ਹਾਲਾਂਕਿ ਆਪਾਂ ਬੁਢਲਾਡੇ 'ਚ ਬੈਠੀ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਕ ਨਗਰ ਕੌਂਸਲ ਬੁਢਲਾਡਾ, ਤਾਂ ਇਹ ਚੀਜ਼ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਦਰਸ਼ਕਾਂ ਨੂੰ ਕਿ ਇਹ ਜਿਸ ਤਰ੍ਹਾਂ ਆਮ ਆਦਮੀ ਤਾਂ ਸਰ ਪਿੰਡਾਂ ਦੇ ਵਿੱਚ ਕੀ ਪਹੁੰਚ ਕਰ ਰਹੇ ਹੋ? ਦੇਖੋ ਪਿੰਡਾਂ ਦੇ ਵਿੱਚ ਕਾਫੀ ਜਿਹੜੇ ਲੋਕ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਟਾਈਮ 'ਤੇ ਵੀ ਬੜੇ ਵਿਰੁੱਧ ਹੋਏ, ਤਾਂ ਹੁਣ ਵੀ ਜਿਹੜੇ ਲੋਕ ਕਾਫੀ ਜਿਹੜੇ ਵਿਰੁੱਧ ਹੈਗੇ ਨੇ, ਤਾਂ ਉਸ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ? ਦੇਖੋ ਚਾਵਲਾ ਸਾਹਿਬ, ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਇਹ ਭਰਮ ਫੈਲਾਇਆ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਿਤ ਚਾਵਲਾ। ਦੋਸਤੋ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ BJP ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਹੁਤ ਉੱਚ ਲੈਵਲ 'ਤੇ ਜਿਹੜੇ ਵਰਕ ਕਰ ਰਹੇ ਨੇ, ਜਿਨ੍ਹਾਂ ਦਾ ਨਾਮ ਹੈ ਦਿਆਲ ਸਿੰਘ ਸੋਢੀ, ਜੋ ਜਨਰਲ ਸੈਕਟਰੀ ਨੇ ਪੰਜਾਬ ਦੇ। ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਹਾਂ ਰਾਜਨੀਤੀ ਦੇ ਬਾਰੇ ਸਵਾਲ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਤੁਹਾਡੇ ਸਾਰੇ ਜਿਹੜੇ ਚੈਨਲ ਦੇ ਸਰੋਤੇ ਹੈ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਡਾ, ਤੁਸੀਂ ਅੱਜ ਮੈਨੂੰ ਇੰਟਰਵਿਊ ਦਾ ਮੌਕਾ ਦਿੱਤਾ ਜੀ। ਸਰ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਸਰ, BJP ਪੰਜਾਬ ਦੇ ਵਿੱਚ ਅਕਾਲੀ ਦਲ ਗੱਠਜੋੜ ਤੋਂ ਬਾਅਦ ਅੱਜ BJP ਇਕੱਲਾ ਕੰਮ ਕਰ ਰਹੀ ਹੈ, ਤਾਂ ਕਿਵੇਂ ਲੱਗਦਾ ਸਰ? BJP ਦੇ ਕਿੰਨੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਅਤੇ ਕੀ ਤੁਹਾਡੇ ਮੂਹਰੇ ਅੱਗੇ ਚੁਣੌਤੀਆਂ ਜਿਹੜੀਆਂ ਹੈ ਆ ਰਹੀਆਂ ਨੇ? ਦੇਖੋ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਬਹੁਤ ਲੰਮਾ ਸਮਾਂ ਜਿਹੜਾ ਸੀਗਾ ਗੱਠਜੋੜ ਚੱਲਿਆ, ਔਰ ਇਹ ਗੱਠਜੋੜ ਇੱਕ ਰਾਜਨੀਤਿਕ ਵੀ ਨਹੀਂ ਸੀਗਾ ਬਲਕਿ ਸਮਾਜਿਕ ਵੀ ਸੀ। ਹਿੰਦੂ ਸਿੱਖ ਏਕਤਾ ਔਰ ਪੰਜਾਬ ਦੀ ਅਮਨ ਸ਼ਾਂਤੀ ਲਈ ਇਹ ਜਿਹੜਾ ਗੱਠਜੋੜ ਗਿਣਿਆ ਜਾਂਦਾ ਸੀ, ਲੇਕਿਨ ਰਾਜਨੀਤੀ ਦੇ ਵਿੱਚ ਪਰਿਸਥਿਤੀਆਂ ਜਿਹੜੀਆਂ ਉਹ ਸਮੇਂ ਸਮੇਂ 'ਤੇ ਬਦਲਦੀਆਂ ਰਹਿੰਦੀਆਂ ਜੀ। ਅਤੇ ਇੱਕ ਅਜਿਹਾ ਸਮਾਂ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਜੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਜੀ। ਇਸ ਕਰਕੇ ਜਦੋਂ ਗੱਠਜੋੜ ਟੁੱਟਿਆ 2022 ਦੇ ਵਿੱਚ ਇਲੈਕਸ਼ਨ ਆਈ ਜੀ ਵਿਧਾਨ ਸਭਾ ਦੀ ਪੰਜਾਬ ਦੀ, ਅਤੇ ਲਗਭਗ ਭਾਰਤੀ ਜਨਤਾ ਪਾਰਟੀ ਨੇ 75 ਸੀਟਾਂ ਦੇ ਉੱਪਰ ਆਪਣੇ ਕੈਂਡੀਡੇਟ ਸੀ ਜਿਹੜੇ ਉਮੀਦਵਾਰ ਉਹ ਇਲੈਕਸ਼ਨ ਲੜਾਏ ਜੀ, ਔਰ ਜਿਹਦੇ ਦੌਰਾਨ 10% ਦੇ ਕਰੀਬ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਵੋਟ ਪਈ ਜੀ। ਇਸ ਕਰਕੇ ਕੋਈ ਵੀ ਰਾਜਨੀਤਿਕ ਪਾਰਟੀ ਹੈ, ਠੀਕ ਹੈ ਅਲਾਇੰਸ ਗੱਠਜੋੜ ਹੁੰਦੇ ਨੇ, ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਸੰਗਠਨ ਦੀ ਪੂਰੀ ਸੰਗਠਨਾਤਮਕ ਤੌਰ 'ਤੇ ਤਿਆਰ ਪਾਰਟੀ ਹੈ ਜੀ, ਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਆਪਣੇ ਬੂਥ ਲੈਵਲ ਤੋਂ ਲੈ ਕੇ, ਚਾਹੇ ਸਾਡਾ ਸ਼ਕਤੀ ਕੇਂਦਰ ਹੈ, ਚਾਹੇ ਸਾਡਾ ਮੰਡਲ ਹੈ, ਚਾਹੇ ਸਾਡਾ ਸਟੇਟ ਹੈ, ਜ਼ਿਲ੍ਹਾ, ਅਸੀਂ ਪੂਰੀ ਆਪਣੀ ਤਿਆਰੀ ਹੈ ਜਿਹੜੀ ਉਹ ਹਮੇਸ਼ਾ, ਚਾਹੇ ਅਸੀਂ ਪਹਿਲਾਂ ਵੀ ਅਲਾਇੰਸ 'ਚ ਲੜੇ ਅਕਾਲੀ ਦਲ ਨਾਲ, ਉਸ ਸਮੇਂ ਵੀ ਜਿੱਥੇ ਅਸੀਂ ਇਲੈਕਸ਼ਨ ਨਹੀਂ ਲੜਦੇ ਸੀ, ਲੇਕਿਨ ਸਾਡਾ ਉੱਥੇ ਜਿਹੜਾ ਸੰਗਠਨ ਦਾ ਢਾਂਚਾ ਸੀ ਉਹ ਪੂਰਾ ਮਜ਼ਬੂਤ ਰਿਹਾ ਜੀ। ਲੇਕਿਨ ਟੁੱਟਣ ਤੋਂ ਬਾਅਦ ਜਦੋਂ ਅਸੀਂ ਇਲੈਕਸ਼ਨ ਲੜੀ, ਸਾਡੇ ਨਾਲ ਨਵੇਂ ਲੋਕ ਆਏ, ਲੋਕ ਜੁੜੇ, ਅਤੇ ਅਸੀਂ ਉਹਨਾਂ ਨੂੰ ਪਾਰਟੀ ਦੇ ਵਿੱਚ ਸੰਗਠਨ 'ਚ ਬਣਦਾ ਮਾਣ ਸਨਮਾਨ ਵੀ ਦਿੱਤਾ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਬੂਥ ਲੈਵਲ ਤੋਂ ਲੈ ਕੇ ਆਪਣੀ ਪੂਰੀ ਤਿਆਰੀ ਕਰਦੀ ਹੈ ਔਰ ਪੂਰੀ ਮੈਨੇਜਮੈਂਟ ਦੇ ਨਾਲ ਇਲੈਕਸ਼ਨ ਲੜਦੀ ਹੈ। ਔਰ ਮੈਂ ਅੱਜ ਤੁਹਾਨੂੰ ਦੱਸ ਦਿੰਦਾ ਕਿ ਭਾਰਤੀ ਜਨਤਾ ਪਾਰਟੀ 117 ਦੇ 117 ਹਲਕਿਆਂ ਦੀ ਪਾਰਟੀ ਹੈ ਔਰ ਭਾਰਤੀ ਜਨਤਾ ਪਾਰਟੀ 13 ਦੇ 13 ਲੋਕ ਸਭਾ ਸੀਟਾਂ ਦੀ ਪਾਰਟੀ ਹੈ ਜੀ। ਜੀ, ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਹੈ ਜੀ, ਭਾਰਤੀ ਜਨਤਾ ਪਾਰਟੀ ਸਿੱਖ ਵਿਰੋਧੀ ਹੈ ਜੀ। ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਵਿਰੋਧੀ ਨਹੀਂ ਹੋ ਸਕਦੀ ਜੀ, ਨਾ ਹੀ ਹੈ ਅਤੇ ਨਾ ਹੋਵੇਗੀ ਜੀ। ਜੋ ਪਾਰਟੀ ਨੇ ਸਿੱਖ ਧਰਮ ਲਈ ਕੰਮ ਕੀਤੇ ਨੇ, ਚਾਹੇ ਉਹ ਕਰਤਾਰਪੁਰ ਕੋਰੀਡੋਰ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ,
ਚਾਹੇ ਉਹ 400 ਸਾਲਾ ਲਾਲ ਕਿਲੇ 'ਤੇ ਬੈਠ ਕੇ ਮਨਾਉਣ ਦੀ ਗੱਲ ਹੋਵੇ, ਚਾਹੇ ਉਹ ਸਿੱਖਾਂ ਦੀ ਜਿਹੜੀ ਸਾਡੀ ਕਾਲੀ ਸੂਚੀ ਸੀ ਬਲੈਕ ਲਿਸਟ ਉਹਨੂੰ ਖਤਮ ਕਰਨ ਦੀ ਗੱਲ ਹੋਵੇ, ਚਾਹੇ 84 ਦੇ ਦੰਗਿਆਂ ਨੂੰ ਸਿੱਟਾ ਬਣਾ ਕੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਹੋਵੇ, ਚਾਹੇ ਵੀਰ ਬਾਲ ਦਿਵਸ ਜਿਹੜੇ ਲੋਕ ਬੱਚੇ ਉਹਨਾਂ ਦੀ ਸ਼ਹੀਦੀ ਬਾਰੇ ਨਹੀਂ ਜਾਣਦੇ ਸੀ, ਖਾਸ ਤੌਰ 'ਤੇ ਸਾਊਥ ਦੇ ਵਿੱਚ ਵੀ, ਉਹਨੂੰ ਇੱਕ ਰਾਸ਼ਟਰੀ ਦਿਨ ਦੇ ਵਜੋਂ ਮਨਾਉਣਾ, ਜਿਹੜੀ ਕਿ ਐਡੀ ਵੱਡੀ ਕੁਰਬਾਨੀ ਦੁਨੀਆ ਦੇ ਇਤਿਹਾਸ 'ਚ ਕਦੇ ਨਹੀਂ ਮਿਲਦੀ, ਮੋਦੀ ਸਾਹਿਬ ਨੇ ਉਸ ਨੂੰ ਇੱਕ ਰਾਸ਼ਟਰੀ ਦਿਵਸ ਵਜੋਂ ਜਿਹੜਾ ਹੈਗਾ ਉਹਨੂੰ ਨਾਂ ਦਿੱਤਾ। ਦੂਜੇ ਪਾਸੇ ਅਸੀਂ ਆ ਜਾਈਏ ਕਿਸਾਨੀ 'ਤੇ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰਨਾ, ਕਿਸਾਨ ਸਨਮਾਨ ਨਿਧੀ ਦੇਣਾ, ਮੁਆਵਜ਼ੇ ਦੀ ਫਸਲ ਨੂੰ ਦੁੱਗਣਾ ਕਰਨਾ, ਔਰ ਖੇਤੀਬਾੜੀ ਦੇ ਵਿੱਚ ਜਿਹੜੀਆਂ ਸਾਡੀਆਂ ਰੇਹਾਂ ਸਪਰੇਹਾਂ 'ਤੇ ਸਬਸਿਡੀ 'ਚ ਵਾਧਾ ਕਰਨਾ, ਅਨੇਕਾਂ ਕੰਮ ਨੇ ਕਿ ਜਿਹੜੇ ਚਾਹੇ ਹਰ ਸਾਲ 2014 ਤੋਂ ਲੈ ਕੇ ਤੁਸੀਂ 2024 ਤੱਕ ਦੇਖ ਲਓ ਕਿ ਕਿੰਨਾ MSP ਦੇ ਵਿੱਚ ਵਾਧਾ ਹੋਇਆ, ਦਾਣਾ ਦਾਣਾ ਚੱਕਿਆ ਜਾ ਰਿਹਾ, ਔਰ ਹੋਰ ਵੀ ਜਿਹੜੀਆਂ ਸਕੀਮਾਂ ਨੇ ਉਹ ਹੇਠਲੇ ਲੈਵਲ ਦੇ ਤੱਕ ਜਿਹੜੀਆਂ FPO ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਕਿ ਕਿਸਾਨ ਸੰਘ ਇਕੱਠੇ ਹੋ ਕੇ 90% ਸਬਸਿਡੀ 'ਤੇ ਉਹਨਾਂ ਨੂੰ ਔਜ਼ਾਰ ਦੇਣੇ, ਉਹਨਾਂ ਨੂੰ ਕੋਲਡ ਸਟੋਰ ਲਵਾਉਣੇ, ਕਿਸਾਨਾਂ ਨੂੰ ਸੈਲਰ ਲਵਾਉਣੇ, ਤਾਂ ਕਿ ਕਿਸਾਨ ਆਪਣੇ ਆਪ 'ਤੇ ਨਿਰਭਰ ਹੋ ਕੇ ਇੱਕ ਕਿਸਾਨ ਇਕੱਠੇ ਹੋ ਕੇ ਆਪਣਾ ਸੰਘ ਬਣਾਉਣ ਅਤੇ ਆਪਣੀ ਜਿਹੜੀ ਹੈਗੀ ਆ ਉਹ ਆਮਦਨ ਦੁੱਗਣੀ ਕਰਨ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਦੇ ਵੀ ਨਾ ਕਿਸਾਨ ਵਿਰੋਧੀ ਸੀ, ਨਾ ਹੈ, ਨਾ ਹੋਵੇਗੀ। ਇਸ ਕਰਕੇ ਇਹ ਇੱਕ ਭਰਮ ਫੈਲਾਇਆ ਗਿਆ। ਸੋ ਅੱਜ ਵੀ ਭਾਰਤੀ ਜਨਤਾ ਪਾਰਟੀ ਜਿਹੜਾ ਕਿਸਾਨ ਹੈ, ਕਿਉਂਕਿ ਇਹ ਅੰਨਦਾਤਾ ਹੈ, ਔਰ ਕਿਸਾਨ ਨੂੰ ਜੇ ਕਿਸਾਨ ਕਾਮਯਾਬ ਨਹੀਂ ਦੇਸ਼ ਕਾਮਯਾਬ ਨਹੀਂ। ਹਮੇਸ਼ਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਲਈ ਸੋਚਦੇ ਨੇ, ਔਰ ਪਿੱਛੇ ਵੀ ਤੁਸੀਂ ਦੇਖੋ ਕਿ ਚਾਹੇ ਅੰਦੋਲਨ ਦੁਆਰਾ ਸ਼ੁਰੂ ਹੋਇਆ, ਕੇਂਦਰ ਦੇ 4-4 ਵਜ਼ੀਰ ਆ ਕੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਦੇ ਰਹੇ, ਔਰ ਬਹੁਤ ਵਧੀਆ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਕਿ 5 ਫਸਲਾਂ 'ਤੇ ਅਸੀਂ MSP 'ਚ ਹੋਰ ਜਿਹੜਾ ਹੈਗਾ ਵਾਧਾ ਕਰਦੇ ਹਾਂ, ਔਰ ਸਰਕਾਰ ਦੀਆਂ ਏਜੰਸੀਆਂ ਹੀ ਉਹਨੂੰ ਖਰੀਦਣਗੀਆਂ। ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਕੋਈ ਵੀ ਗੱਲ ਹੈ ਉਹ ਟੇਬਲ ਟੋਕ ਹੁੰਦੀ ਹੈ, ਬੈਠ ਕੇ ਹੁੰਦੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨ ਦੀ ਤਰੱਕੀ ਹੋਵੇ, ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨ ਨਾਲ ਦੇਸ਼ ਦੀ ਤਰੱਕੀ ਹੈ। ਕੋਈ ਵੀ ਮਸਲਾ ਹੈ ਉਹ ਗੱਲਬਾਤ ਰਾਹੀਂ ਹੱਲ ਹੋਣਾ, ਨਾ ਕਿ ਅਸੀਂ ਜਿੱਥੇ ਕੋਈ ਅਸੀਂ ਅੰਦੋਲਨ ਕਰਨਾ। ਠੀਕ ਹੈ ਕਿ ਅੰਦੋਲਨ ਸਾਨੂੰ ਰਾਈਟ ਹੈ, ਜਿੱਥੇ ਸਾਨੂੰ ਅਧਿਕਾਰ ਮਿਲਿਆ ਉੱਥੇ ਕਰਤੱਵ ਵੀ ਹੈ ਸਾਡੇ। ਸਰ ਇੱਕ ਸਵਾਲ ਮੇਰਾ ਹੋਰ ਹੈ, ਮੇਰੇ ਜ਼ਿਹਨ 'ਚ ਇੱਕ ਸਵਾਲ ਆਇਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੋਦੀ ਸਾਹਿਬ ਵੱਖ ਵੱਖ ਸਕੀਮਾਂ ਰਾਹੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿੰਨੀਆਂ ਵੀ ਮਤਲਬ ਸਕੀਮਾਂ ਸਰਕਾਰ ਨੇ ਚੱਲ ਰਹੀਆਂ ਨੇ, ਘਰ ਘਰ ਤੱਕ ਤੁਸੀਂ ਪਹੁੰਚ ਕੀਤੀ, ਅੱਜ ਦੀ ਜੇ ਗੱਲ ਕਰੀਏ ਤਾਂ ਇੱਕ ਅਜਿਹਾ ਕੋਈ ਘਰ ਨਹੀਂ ਜਿੱਥੇ ਮੋਦੀ ਜੀ ਦਾ ਕੋਈ ਨਾ ਕੋਈ ਜਿਹੜੀ ਕੋਈ ਪਹੁੰਚ ਨਾ ਹੋਈ ਹੋਵੇ। ਤਾਂ ਸਰ ਇਸ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਹਾਲਾਂਕਿ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਸਾਡੀ ਬਦੌਲਤ ਜਿਹੜੇ ਆਯੁਸ਼ਮਾਨ ਜਿਹੜੇ ਕਾਰਡ ਅਸੀਂ ਨਾਲ ਜਿਹੜਾ ਸਹਿਯੋਗ ਕੀਤਾ ਤਾਂ ਚੱਲੇ ਨੇ, ਜਾਂ ਕੋਈ ਸਕੀਮਾਂ ਚੱਲ ਰਹੀਆਂ ਨੇ, ਤਾਂ ਇਹ ਕ੍ਰੈਡਿਟ ਜਿਹੜੀ ਦੂਜੀ ਸਰਕਾਰ ਲੈ ਜਾਂਦੀ, ਤਾਂ ਸਰ ਲੋਕ ਕਿਵੇਂ ਇਸ ਚੀਜ਼ ਨੂੰ ਸਮਝਣ? ਤੁਸੀਂ ਕਿਵੇਂ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰੋਗੇ ਕਿ ਲੋਕ ਤੁਹਾਡੀ ਗੱਲ ਨੂੰ ਲੈ ਕੇ ਜਿਹੜੇ ਸਮਝ ਸਕਣ ਕਿ ਮੋਦੀ ਦੇ ਹੀ ਸਾਰੇ ਜਿਹੜੇ ਇਹ ਚੀਜ਼ਾਂ ਨੇ, ਤਾਂ ਕਿਵੇਂ ਕਹਿ ਰਹੇ ਹੋ? ਦੇਖੋ, ਮੇਰਾ ਕਹਿਣਾ ਇਹ ਹੈ ਕਿ ਇੱਕ ਸਿਸਟਮ ਹੁੰਦਾ ਕਿ ਕੁਝ ਸਕੀਮਾਂ ਦੇ ਵਿੱਚ 60% ਸ਼ੇਅਰ ਹੈ ਜਿਹੜਾ ਉਹ ਕੇਂਦਰ ਪਾਉਂਦਾ, ਔਰ ਕੁਝ ਸਕੀਮਾਂ ਦੇ ਵਿੱਚ ਜਿਹੜੀ 100% ਦੀ 100% ਸਕੀਮ ਹੈ ਉਹ ਸਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ, ਔਰ ਕਈ ਸਕੀਮਾਂ ਦੇ ਵਿੱਚ 40% ਸਟੇਟ ਔਰ 60% ਕੇਂਦਰ ਪਾਉਂਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਅੱਜ ਦੇਸ਼ ਫਾਟਕ ਰਹਿਤ ਬਣ ਰਿਹਾ, ਫਾਟਕ ਖਤਮ ਹੋ ਰਹੇ ਨੇ, ਨੈਸ਼ਨਲ ਹਾਈ ਬਣ ਰਹੇ ਨੇ, ਵੱਡੇ ਵੱਡੇ ਪੁਲ ਬਣ ਰਹੇ ਨੇ, ਉਹ ਵੀ ਸਾਰੀ ਕੇਂਦਰ ਸਰਕਾਰ ਦੀ ਦੇਣ ਹੈ, ਔਰ ਜਿਹੜੀ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਉਹਦੇ ਵਿੱਚ ਵੀ ਜਿਹੜਾ ਕੇਂਦਰ ਹੈ ਉਹ 60% ਸ਼ੇਅਰ ਪਾਉਂਦਾ,
ਜਿਹੜੀਆਂ ਸਰਕਾਰਾਂ 40% ਪਿੱਛੇ ਸਾਡੇ ਪੰਜਾਬ 'ਚ ਵੀ ਸਮੱਸਿਆ ਆਈ ਨਹੀਂ ਪਾਇਆ। ਲੇਕਿਨ ਜੇ ਕੇਂਦਰ ਸਰਕਾਰ ਨੇ ਐਡੀ ਵੱਡੀ 5 ਲੱਖ ਤੱਕ ਤਾਂ ਇਲਾਜ ਫਰੀ ਦਿੱਤਾ ਅਤੇ ਜੇ ਉਹਦੇ ਵਿੱਚ ਸਟੇਟ ਸਹਿਯੋਗ ਨਹੀਂ ਕਰੇਗਾ ਤਾਂ ਸਟੇਟ ਦੀ ਮਾੜੀ ਗੱਲ ਹੈ। ਇਸ ਕਰਕੇ ਸਾਡਾ ਕਹਿਣਾ ਇਹ ਹੈ ਕਿ ਪੰਜਾਬ ਦੀ ਜੋ ਮੌਜੂਦਾ ਸਰਕਾਰ ਹੈ ਉਹ ਹਮੇਸ਼ਾ ਹੀ ਕੇਂਦਰ ਸਰਕਾਰ ਨੂੰ ਭੰਡਦੀ ਹੈ, ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੋਵੇ, ਚਾਹੇ ਉਹ ਸਿਹਤ ਦੇ ਉੱਤੇ ਜਿਹੜੇ ਫੰਡ ਆਏ ਜੇ ਉਹਨਾਂ ਦੀ ਗੱਲ ਹੋਵੇ। ਲੇਕਿਨ ਉਹਦੇ ਵਿੱਚ ਕੀ ਹੁੰਦਾ ਕਿ ਕੁਝ ਸਕੀਮਾਂ ਜਿਹੜੀ ਸਟੇਟ ਹੈ ਉਹ ਕੇਂਦਰ ਦੀਆਂ ਸਕੀਮਾਂ ਦੇ ਨਾਂ ਬਦਲ ਕੇ ਆਪਣਾ ਲਾਹਾ ਲੈਣਾ ਚਾਹੁੰਦੀਆਂ। ਜਿਵੇਂ ਸਪੋਜ ਕਰੋ ਹੁਣ ਕੇਂਦਰ ਨੇ 80 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਅਨਾਜ ਫਰੀ ਦਿੱਤਾ, ਲੇਕਿਨ ਇਹ ਪਹਿਲਾਂ 2 ਰੁਪਏ ਕਿਲੋ ਮਿਲਦਾ ਸੀ ਲੇਕਿਨ ਮੋਦੀ ਸਾਹਿਬ ਨੇ ਫਰੀ ਕਰਤਾ। ਲੇਕਿਨ ਇਹ ਆਪਣਾ ਕੰਪਨੀ ਦੀ ਮਸ਼ਹੂਰੀ ਕਰਨਾ ਚਾਹੁੰਦੇ ਹੈ ਕਿ ਅਸੀਂ ਉਸ ਕਣਕ ਤੋਂ ਆਟਾ ਬਣਾ ਕੇ ਦੇਵਾਂਗੇ ਅਤੇ ਭਗਵੰਤ ਮਾਨ ਜੀ ਦੀ ਫੋਟੋ ਲਾ ਕੇ ਦੇਵਾਂਗੇ। ਚਾਹੇ ਉਹ ਮਹੱਲਾ ਕਲੀਨਿਕਾਂ ਦੀ ਗੱਲ ਆਈ, 418 ਕਰੋੜ ਰੁਪਈਆ ਜਿਹੜੇ ਸਾਡੇ ਸਬ ਸੈਂਟਰ ਸੀ ਕੇਂਦਰ ਨੇ ਉਹਨਾਂ ਨੂੰ ਅਪਗ੍ਰੇਡੇਸ਼ਨ ਕਰਨ ਵਾਸਤੇ, ਉਹਨਾਂ 'ਚ ਦਵਾਈਆਂ ਦਾ ਪ੍ਰਬੰਧ ਕਰਨ ਵਾਸਤੇ, ਟੈਸਟਾਂ ਦਾ ਪ੍ਰਬੰਧ ਕਰਨ ਵਾਸਤੇ ਪੈਸਾ ਭੇਜਿਆ। ਲੇਕਿਨ ਇਹਨਾਂ ਨੇ 418 ਕਰੋੜ ਰੁਪਈਆ ਉਸ ਯੋਜਨਾ ਨੂੰ ਬਦਲ ਕੇ ਮਹੱਲਾ ਕਲੀਨਿਕਾਂ ਦੇ ਉੱਤੇ ਪੋਚਿਆਂ 'ਤੇ ਲਾਤਾ, ਆਪਣੀ ਐਡ ਕਰਤੀ। ਸੋ ਇਸ ਕਰਕੇ ਸਿਸਟਮ ਹੈ ਇੱਕ, ਇਸ ਕਰਕੇ ਕੇਂਦਰ ਸਰਕਾਰ ਜਿੰਨਾ ਕੰਮ ਅੱਜ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਹਰ ਵਰਗ 'ਚ ਤਰੱਕੀ ਕੀਤੀ ਹੈ, ਅਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿਹੜੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ, ਚਾਹੇ ਉਹ 1000 ਰੁਪਈਆ ਮਹਿਲਾਵਾਂ ਨੂੰ ਦੇਣ ਦੀ ਗੱਲ ਸੀ, ਚਾਹੇ ਉਹ 23 ਫਸਲਾਂ 'ਤੇ ਚੁਟਕੀ ਮਾਰ ਕੇ MSP ਦੇਣ ਦੀ ਗੱਲ ਸੀ, ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਸੀ, ਇਹ ਜਿਹੜੀਆਂ ਸਾਰੀਆਂ ਗੱਲਾਂ ਤੋਂ ਪੰਜਾਬ ਸਰਕਾਰ ਭੱਜੀ ਹੈ। ਔਰ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਖਾਤਰ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਉੱਪਰ ਇਲਜ਼ਾਮ ਲਾਉਂਦੀ ਹੈ। ਕੇਂਦਰ ਸਰਕਾਰ ਕਦੇ ਵੀ ਕਿਸੇ ਸਟੇਟ ਨਾਲ ਧੱਕਾ ਨਹੀਂ ਕਰਦਾ। ਸਰ ਇੱਕ ਤੋਂ ਦੇ ਤਹਿਤ ਜਿਹੜੇ ਹੈਗੇ ਆ ਸਰਕਾਰ ਨੇ, ਚਾਹੇ ਉਹ ਪਿੰਡਾਂ ਦੇ ਵਿੱਚ, ਚਾਹੇ ਉਹ ਸ਼ਹਿਰਾਂ ਦੇ ਵਿੱਚ ਬੜੇ ਪਾਰਕਾਂ ਵਾਸਤੇ ਪੈਸਾ ਦਿੱਤਾ। ਔਰ ਇਹ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੇਵਲ ਅਤੇ ਕੇਵਲ ਜੇ ਮਹੱਲਾ ਕਲੀਨਿਕ ਸੀਗੇ ਤਾਂ ਇਹਨਾਂ ਨੇ ਆਮ ਆਦਮੀ ਮਹੱਲਾ ਕਲੀਨਿਕ ਰੱਖਤੇ। ਇਹ ਆਪਣੀ ਪਾਰਟੀ ਦੇ ਉੱਪਰ ਚਮਕਾਉਣਾ ਚਾਹੁੰਦੇ ਆ। ਮੈਂ ਤਾਂ ਤੁਹਾਨੂੰ ਚਾਵਲਾ ਜੀ ਇਹ ਕਹੂੰਗਾ ਕਿ ਜਿਹੜੀ ਇਹ ਸਰਕਾਰ ਹੈ ਇਹ ਕੇਵਲ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ, ਕਿਉਂਕਿ 750 ਕਰੋੜ ਰੁਪਈਆ ਪਹਿਲਾਂ ਵੀ ਇਹਨਾਂ ਨੇ ਇਸ਼ਤਿਹਾਰਾਂ 'ਤੇ ਦਿੱਤਾ। ਹੁਣ ਤੁਸੀਂ ਦੱਸੋ ਵੀ ਤਾਮਿਲਨਾਡੂ 'ਚ ਇਲੈਕਸ਼ਨ ਹੈ ਜਾਂ ਕਿਤੇ ਗੁਜਰਾਤ ਦੇ ਵਿੱਚ ਇਲੈਕਸ਼ਨ ਹੈ ਜਾਂ ਮੱਧ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹੈ, ਉੱਥੇ ਜਾ ਕੇ ਪੰਜਾਬ ਦੀ ਮਸ਼ਹੂਰੀ ਕਰਦੇ ਨੇ, ਠੀਕ ਹੈ? ਅਤੇ ਪੰਜਾਬ ਦੇ ਉਹਨਾਂ ਦੇ ਲੋਕਾਂ ਨਾਲ ਪੰਜਾਬ ਨਾਲ ਕੀ ਹੈ? ਉਹ ਲੋਕ ਜਦੋਂ ਪੰਜਾਬ ਦੇ ਵਿੱਚੋਂ ਫੀਡਬੈਕ ਲੈਂਦੇ ਨੇ ਤਾਂ ਇੱਥੇ ਸਾਰਾ ਕੰਮ ਜ਼ੀਰੋ ਹੈ। ਸੋ ਇਸ ਪਾਰਟੀ ਨੂੰ ਕੇਵਲ ਇਸ਼ਤਿਹਾਰਾਂ ਵਾਲੀ ਪਾਰਟੀ ਕਿਹਾ ਜਾ ਸਕਦਾ ਹੈ, ਇਸ ਪਾਰਟੀ ਨੂੰ ਕੇਵਲ ਇਸ਼ਤਿਹਾਰਾਂ ਦੇ ਵਿੱਚੋਂ ਪ੍ਰਚਾਰ ਕਰਨ ਵਾਲੀ ਪਾਰਟੀ ਕਿਹਾ ਜਾਂਦਾ ਹੈ। ਅੱਜ ਇਸ ਪਾਰਟੀ ਦੇ ਹਾਲਾਤ ਇਹ ਬਣ ਗਏ ਨੇ ਕਿ ਜਿਹੜੇ ਲੋਕਾਂ ਨੇ ਬੜੇ ਇੱਕ ਆਸ਼ਾ ਨਾਲ ਸਰਕਾਰ ਬਣਾਈ ਸੀ, ਅੱਜ ਉਹੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਸੋਢੀ ਸਾਹਿਬ, ਜੇ ਗੱਲ ਕਰੀਏ ਚੋਣਾਂ ਦਾ ਬਿਗਲ ਵੱਜ ਚੁੱਕਿਆ ਜੀ, ਅਤੇ BJP ਵੱਲੋਂ ਕਈ ਸਟੇਟਾਂ ਦੇ ਵਿੱਚ ਉਮੀਦਵਾਰ ਵੀ ਐਲਾਨ ਦਿੱਤੇ ਨੇ ਜੀ, ਪਰ ਇੱਕ ਪੰਜਾਬ ਸਟੇਟ ਇਹੋ ਜਿਹੀ ਆ ਵੀ ਹਜੇ ਤੱਕ ਇੱਥੇ ਵੀ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਕੀ BJP ਕਿਸੇ ਪਾਰਟੀ ਨਾਲ ਕੋਈ ਇਹ ਤਾਕ ਦੇ ਵਿੱਚ ਆ ਵੀ ਅਸੀਂ ਗੱਠਜੋੜ ਕਰ ਲਈਏ, ਅਲਾਇੰਸ ਕਰ ਲਈਏ, ਵੀ ਉਹ ਦੇਖ ਰਹੇ? ਦੇਖੋ, ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਜਿਹੜਾ ਗੱਠਜੋੜ ਦਾ ਵਿਸ਼ਾ ਜੀ, ਉਹ ਸਾਡੀ ਕੇਂਦਰ ਦੀ ਜਿਹੜੀ ਹਾਈ ਕਮਾਨ ਹੈ ਉਹ ਉਸ ਨੇ ਕਰਨਾ। ਲੇਕਿਨ ਜੋ ਸਾਡੀ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੀ ਗਵਾਹੀ ਹੇਠ ਅਸੀਂ ਸਾਰੀ ਪੰਜਾਬ ਲੀਡਰਸ਼ਿਪ, ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਨੇ, ਉਹਨਾਂ ਦੀ ਟੀਮ ਬੈਠੀ ਹੈ, ਅਸੀਂ ਸਾਰੇ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਤਿਆਰੀ ਕਰ ਰਹੇ ਹਾਂ। ਲੇਕਿਨ ਜੋ ਕੇਂਦਰ ਦੀ ਹਾਈ ਕਮਾਨ ਦਾ ਹੁਕਮ ਹੈ ਜਾਂ ਕੇਂਦਰ ਦੀ ਹਾਈ ਕਮਾਨ ਨੇ ਕਿਹੜੇ ਪੱਖਾਂ ਨੂੰ ਰੱਖ ਕੇ ਕਿਸੇ ਪਾਰਟੀ ਨਾਲ ਸਮਝੌਤਾ ਕਰਨਾ ਉਹ ਉਹਨਾਂ ਦਾ ਵਿਸ਼ਾ ਹੈ। ਲੇਕਿਨ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਵਾਸਤੇ ਤਿਆਰ ਹਾਂ, ਸਾਡੀ ਪੂਰੀ ਬੂਥ ਲੈਵਲ ਤੋਂ ਲੈ ਕੇ ਪੂਰੀ ਤਿਆਰੀ ਹੈ। ਔਰ ਦੂਜੀ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ
ਜਿਹੜਾ ਹੈਗਾ ਉਹ ਆਪਣੀਆਂ ਕੇਂਦਰ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ 'ਚ ਪ੍ਰਚਾਰ ਵੀ ਕਰ ਰਹੇ ਹਾਂ, ਲੋਕਾਂ 'ਚ ਲੈ ਕੇ ਵੀ ਜਾ ਰਹੇ ਹਾਂ। ਅਤੇ ਅਸੀਂ ਉਹ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਔਰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜਿਹੜਾ ਇਲੈਕਸ਼ਨ ਹੈ ਅਸੀਂ ਉਹਦੇ ਵਿੱਚ ਉਤਰਾਂਗੇ, ਔਰ ਜੋ ਕੇਂਦਰ ਸਾਡੀ ਕੇਂਦਰੀ ਹਾਈ ਕਮਾਨ ਦਾ ਹੁਕਮ ਆਵੇਗਾ ਕੋਈ ਗੱਠਜੋੜ ਬਾਰੇ, ਅਸੀਂ ਤਾਂ ਉਹ 'ਤੇ ਫੁੱਲ ਚੜ੍ਹਾਉਣੇ ਚੜ੍ਹਾਉਣੇ। ਇੱਕ ਹੋਰ ਦੇਖਣ 'ਚ ਆਇਆ, ਮੋਦੀ ਸਾਹਿਬ ਦੀ ਪੋਲਸੀਆਂ ਨੂੰ ਦੇਖਦੇ ਹੋਏ ਰੀਸੈਂਟਲੀ ਆਪਾਂ ਦੇਖ ਰਹੇ ਹਾਂ ਵੀ ਵੱਖ ਵੱਖ ਪਾਰਟੀਆਂ ਦੇ ਜਿਹੜੇ ਥੰਮ ਸੀ ਉਹ BJP ਦੇ ਵਿੱਚ ਸ਼ਾਮਿਲ ਹੋ ਗਏ ਨੇ ਪੰਜਾਬ 'ਚ। ਜਿਹੜੀਆਂ ਹੁਣ ਲੋਕ ਸਭਾ ਚੋਣਾਂ ਤੁਸੀਂ ਗੱਲ ਕੀਤੀ ਵੀ 13 ਤੇ 13 ਆਪਾਂ ਲੜ ਰਹੇ ਹਾਂ ਅਤੇ ਉਮੀਦਵਾਰ ਖੜ੍ਹੇ ਕਰ ਰਹੇ ਹਾਂ, ਕਿ ਉਹਨਾਂ ਨੂੰ ਟਿਕਟ ਦਿੱਤੀ ਜਾਊ ਜਿਹੜੇ ਜਾਂ ਗਰਾਊਂਡ ਲੈਵਲ 'ਤੇ ਬੰਦੇ ਕੰਮ ਕਰਨੇ ਅੱਜ ਤੱਕ ਕਰ ਰਹੇ ਨੇ, ਅੱਜ ਤੱਕ ਕਿਤੇ ਵੀ ਉਹ ਤਿੜਕ ਕੇ ਨਹੀਂ ਗਏ, ਟਿਕਟ ਦੇ ਮਾਮਲੇ 'ਚ ਉਹਨਾਂ ਨੂੰ ਪਹਿਲ ਦਿੱਤੀ ਜਾਊ ਜਾਂ ਜਿਹੜੇ ਨਵੇਂ ਹੁਣੀ ਹੁਣ ਐਡੇ ਐਡੇ ਥੰਮ ਵੱਖ ਵੱਖ ਪਾਰਟੀਆਂ ਦੇ ਆਏ ਨੇ, ਕਿ ਉਹਨਾਂ ਨੂੰ ਪਹਿਲ ਦਿੱਤੀ ਜਾਊ ਤਾਂ ਕਿ ਵੀ ਕੋਈ ਐਸੀ ਸੀਟਾਂ ਜਿੱਤ ਸਕੀਏ? ਦੇਖੋ, ਜਿੱਥੋਂ ਤੱਕਰ ਕੈਂਡੀਡੇਟ ਦਾ ਸਵਾਲ ਹੈ, ਸਾਡਾ ਪਾਰਟੀ ਵੱਲੋਂ ਪੂਰੇ ਸਰਵੇ ਹੁੰਦੇ ਆ ਕਿ ਕਿਹੜਾ ਵਿਅਕਤੀ ਕਿਸ ਤਰ੍ਹਾਂ ਵਿਚਰਦਾ, ਕਿਹੜੇ ਵਿਅਕਤੀ ਦੀ ਕਿੰਨੀ ਕੁ ਜਿਹੜੀ ਹੈਗੀ ਆ ਫੋਲੋਇੰਗ ਹੈ। ਔਰ ਦੂਜੀ ਗੱਲ, ਸਾਡਾ ਪਾਰਲੀਮੈਂਟਰੀ ਬੋਰਡ ਬੈਠਦਾ, ਉਹ ਫੈਸਲਾ ਕਰਦਾ ਜੋ ਅਸੀਂ ਪੈਨਲ ਬਣਾ ਕੇ ਭੇਜਦੇ ਹਾਂ। ਜਿੱਥੋਂ ਤੱਕ ਇਸ ਵਾਰ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਵੱਧ ਤੋਂ ਵੱਧ ਇੱਕ ਤਾਂ ਜਿਹੜਾ ਕੈਂਡੀਡੇਟ ਹੈ ਉਸ ਲੋਕ ਸਭਾ ਦੇ ਵਿੱਚੋਂ ਲੋਕਲ ਲੈਣਾ, ਬਾਹਰੋਂ ਕੈਂਡੀਡੇਟ ਨਹੀਂ ਲਿਆਉਣੇ। ਦੂਜੀ ਗੱਲ, ਤਰਜੀਹ ਜਿਹੜੀ ਹੈਗੀ ਹੈ ਉਹ ਸਨਿਓਰਟੀ ਵਾਜ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਵਰਕਰ ਹੈ ਜਿਨ੍ਹਾਂ ਨੇ ਕੰਮ ਕੀਤਾ, ਅਸੀਂ ਉਹਨਾਂ ਨੂੰ ਤਰਜੀਹ ਦੇਵਾਂਗੇ। ਹਾਂ, ਜੇ ਕਿਤੇ ਸਾਡੇ ਕੋਲ ਲੱਗਦਾ ਕਿ ਕਿਸੇ ਸੀਟ ਦੇ ਉੱਪਰ ਕੋਈ ਕੈਂਡੀਡੇਟ ਦੀ ਕਿਸੇ ਦੀ ਕਮੀ ਹੈ ਜਾਂ ਕੋਈ ਕੈਂਡੀਡੇਟ ਪਿਛਲੇ ਸਾਲ 2 ਸਾਲ ਤੋਂ ਸਾਡੀ ਪਾਰਟੀ 'ਚ ਆਇਆ, ਕੰਮ ਕਰ ਰਿਹਾ, ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ, ਸਾਨੂੰ ਲੱਗਦਾ ਕਿ ਉਹ ਹਰ ਪਾਰਟੀ ਦੇ ਪ੍ਰੋਗਰਾਮ 'ਚ ਹਿੱਸਾ ਲੈਂਦਾ, ਅਤੇ ਜੇ ਕਿਤੇ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਵਿਚਾਰਿਆ ਜਾ ਸਕਦਾ। ਲੇਕਿਨ ਪਾਰਟੀ ਇਹ ਚਾਹੁੰਦੀ ਹੈ ਕਿ ਪਾਰਟੀ ਦੇ ਵਰਕਰ ਨੂੰ ਇਲੈਕਸ਼ਨ ਲੜਾਇਆ ਜਾਵੇ ਔਰ ਲੋਕਲ ਜਿਹੜਾ ਵਿਅਕਤੀ ਹੈ ਉਹੀ ਕੈਂਡੀਡੇਟ ਦਿੱਤਾ ਜਾਵੇ। ਪਰ ਇਹ ਵੀ ਦੇਖਣ ਦੇ ਵਿੱਚ ਆਇਆ ਜੀ, ਮੋਦੀ ਸਾਹਿਬ ਦੇ ਵਿੱਚ ਤੁਸੀਂ ਇਹ ਮੰਨਦੇ ਹੋ ਵੀ ਵਾਕਈ ਅਜਿਹਾ ਗੁਣਾ, ਹਾਲਾਂਕਿ ਸੁਨੀਲ ਜਾਖੜ ਜੀ ਆਏ ਉਹਨਾਂ ਨੂੰ ਪ੍ਰਧਾਨ ਬਣਾਇਆ ਤਾਂ ਕਈ ਵਰਕਰ ਲਾ ਲਓ ਗਰਾਊਂਡ ਲੈਵਲ ਵਾਲੇ ਵੀ ਦੇਖੋ ਜੀ ਇਹ ਆਉਂਦੇ ਸਾਰ ਹੀ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ, ਪਰ ਅੱਜ ਫਿਰ ਵੀ ਉਹਨਾਂ ਦੀ ਕੋਈ ਆਲੋਚਨਾ ਨਹੀਂ ਹੋ ਰਹੀ, ਤਾਂ ਇਸ ਨੂੰ ਤੁਸੀਂ ਕਿਵੇਂ ਲੈ ਰਹੇ ਹੋ? ਨਹੀਂ ਦੇਖੋ, ਇਹ ਹੈ ਕਿ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਈ ਵਿਅਕਤੀ ਹੁੰਦੇ ਆ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੇ ਚੰਗੇ ਅਹੁਦਿਆਂ 'ਤੇ ਕੰਮ ਕੀਤਾ ਹੈਗਾ, ਲੇਕਿਨ ਪਾਰਟੀ ਦੇ ਵਿੱਚ ਆਏ, ਪ੍ਰਧਾਨ ਬਣਾਏ, ਉਹਨਾਂ ਦੀ ਕਾਬਲੀਅਤ ਦੇਖੀ। ਔਰ ਇਹ ਵੀ ਹੁੰਦਾ ਕਿ ਕਿਸੇ ਵਿਅਕਤੀ ਦਾ ਰਾਜਨੀਤਿਕ ਤਜਰਬਾ ਹੁੰਦਾ, ਉਸ ਰਾਜਨੀਤਿਕ ਤਜਰਬੇ ਨੂੰ ਲੈਣ ਖਾਤਰ ਜੇ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਅਤੇ ਜੇ ਉਹ ਵਿਅਕਤੀ ਪਾਰਟੀ ਦੇ ਵਿਚਾਰ ਨਾਲ ਜੁੜਦਾ ਤਾਂ ਇਦੋਂ ਵਧੀਆ ਕੀ ਗੱਲ ਹੋ ਸਕਦੀ ਹੈ? ਸੋ ਇਸ ਕਰਕੇ ਹਰ ਇੱਕ ਨੂੰ ਪਰਖ ਕੇ, ਹਰ ਇੱਕ ਨੂੰ ਦੇਖ ਕੇ ਪਾਰਟੀ ਅਹੁਦਾ ਦਿੰਦੀ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜੇ ਜਾਖੜ ਸਾਹਿਬ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਅਸੀਂ ਜਾਖੜ ਸਾਹਿਬ ਜੀ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ 'ਤੇ ਲੜ ਕੇ ਅਸੀਂ ਵਧੀਆ ਪਰਫੋਰਮੈਂਸ ਕਰਾਂਗੇ, ਵਧੀਆ ਨਤੀਜਾ।